ਹਾਂਜੀ ਸਸਿਕਾ ਜੀ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਅਪਡੇਟ ਨਿਕਲ ਕੇ ਆ ਚੁੱਕੀ ਹੈ ਜੀ 25-2500 ਰੁਪਏ ਪੈਂਛੇ ਤੇ ਵੱਡੀ ਖਬਰ ਨਿਕਲ ਕੇ ਆ ਚੁੱਕਿਆ ਜੀ ਇਹਨਾਂ ਲੋਕਾਂ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ ਜੀ 25-2500 ਰੁਪਏ ਸਾਰੀ ਡਿਟੇਲ ਅਪਡੇਟ ਤੁਹਾਨੂੰ ਦੇਣ ਜਾਣੇ ਹ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਅਪਡੇਟ ਜਾਂਦੀ ਹੈ ਜਾਂ ਜਿਹੜੀ ਵੀ ਨਵੀਂ ਸਕੀਮਾਂ ਦੀ ਉਸਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਨਾਲ ਹੀ ਆਪਣੇ ਯਾਰਾਂ ਦੋਸਤਾਂ ਵਿਚ ਇਹ ਪੈਨਸ਼ਨ ਨਹੀਂ ਆਈ ਤੇ ਤੁਹਾਨੂੰ ਦੱਸ ਦਿੱਤੀ ਕਿ ਹੋ ਸਕਦਾ ਤੁਹਾਡੇ ਜਿਹੜੇ ਆ ਕੁਝ ਫਾਰਮ ਜਿਹੜੇ ਆ ਪੈਂਡਿੰਗ ਹੋਣ ਜਿਸ ਕਰਕੇ ਤੁਹਾਡੀ ਜਿਹੜੀ ਪੈਨਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਉਹ ਨਹੀਂ ਪਾਰੀ ਜਾ ਰਹੀ ਤੇ ਤੁਹਾਨੂੰ ਦੱਸਦੀ ਕਿ ਤੁਹਾਡਾ ਜਿਹੜਾ ਸਭ ਤੋਂ ਪਹਿਲਾਂ ਨੰਬਰ ਹੈ ਤੁਹਾਡੇ ਆਧਾਰ ਕਾਰਡ ਨਾਲ ਜ਼ਰੂਰ ਤੋਂ ਲਿੰਕ ਹੋਣਾ ਚਾਹੀਦਾ ਪਲੱਸ ਤੁਹਾਡੇ ਅਕਾਊਂਟ ਨਾਲ ਜ਼ਰੂਰ ਤੋਂ ਲਿੰਕ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਪੈਨਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਜਾਰੀ ਕੀਤੀ ਜਾਏਗੀ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਜਿਸ ਨੂੰ ਤੁਸੀਂ ਆਪਣੇ ਸੀਏਸੀ ਸੈਂਟਰਾਂ ਵਿੱਚੋਂ ਜਾ ਕੇ ਜਾਂ ਬੈਂਕ ਖਾਤੇ ਵਿੱਚ ਜਾ ਕੇ ਕਢਵਾ ਸਕਦੇ ਹੋ ਜੀ ਇਸ ਤੇ ਨਾਲ ਹੀ ਤੁਹਾਡਾ ਜਿਹੜਾ ਪੈਨ ਕਾਰਡ ਆ ਉਹ ਤੁਹਾਡੇ ਵੋਟਰ ਆਈਡੀ ਕਾਰਡ ਨਾਲ ਪਲੱਸ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਜੀ ਨਾਲ ਹੀ ਤੁਹਾਡੇ ਬੈਂ ਆਪਸ ਵਿੱਚ ਲਿੰਕ ਹੋਣੇ ਚਾਹੀਦੇ ਆਂ ਦੀ ਉਸ ਤੋਂ ਬਾਅਦ ਹੀ ਜਿਹੜੇ ਲੋਕਾਂ ਦੇ ਇਹ ਲਿੰਕ ਨਹੀਂ ਹੈਗੇ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਰੋਕੀ ਗਈ ਹੈ ਜੀ ਤੁਸੀਂ ਆਪਣੇ ਬੈਂਕ ਵਿੱਚ ਜਾ ਕੇ ਪੁੱਛ ਸਕਦੇ ਹੋ ਜੀ ਕਿ ਟਾਡੇ ਜਿਹੜੇ ਕੋਈ ਡਾਕੂਮੈਂਟ ਹੈ ਜਿਹੜੇ ਉਹ ਪੈਂਡਿੰਗ ਤਾਂ ਨਹੀਂ ਤੇ ਉਸ ਤੋਂ ਬਾਅਦ ਹੀ ਜਿਹੜੀ ਤੁਹਾਡੀ ਪੈਨਸ਼ਨ ਹੈ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਏਗੀ ਜੀ ਅਤੇ ਪੈਨਸ਼ਨ ਦੀ ਗੱਲ ਕੀਤੀ ਹੈ ਕਿ 1500 ਬਜਾਰੀ ਹੋ ਰਹੀ ਹੈ ਜਾਂ 2500 ਹੋ ਰਹੀ ਹੈ ਜੀ ਤੇ ਤੁਹਾਨੂੰ ਦੱਸਦੀ ਕਿ ਹਜੇ ਪੰਜਾਬ ਸਰਕਾਰ ਵੱਲੋਂ 1500 ਰੁਪਏ ਪੈਨਸ਼ਨ ਹੀ ਜਾਰੀ ਕੀਤੀ ਜਾ ਰਹੀ ਹੈ ਪਰ ਹੋ ਸਕਦਾ ਹੈ ਜੀ 31 ਮਾਰਚ ਤੱਕ ਬਜਟ ਦੇ ਵਿੱਚ ਕੋਈ ਵੱਡਾ ਅਹਿਮ ਫੈਸਲਾ ਲਿਆ ਜਾਏ ਜਿਸ ਤੋਂ ਬਾਅਦ ਜਿਹੜੀ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਕੀਤਾ ਜਾਵੇਗਾ ਜਦੋਂ ਵੀ ਇਸ ਦਾ ਕੋਈ ਵੀ ਨੋਟਿਸ ਜਾਰੀ ਕੀਤਾ ਜਾਏਗਾ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਗਾਲਜੀ